ਚੰਡੀਗੜ੍ਹ ਨਗਰ ਕੌਂਸਲ ਦੀਆਂ ਚੋਣਾਂ ਦੇ ਵਿੱਚ ਵੱਖ-ਵੱਖ ਪਾਰਟੀ ਦੇ ਉਮੀਦਵਾਰਾਂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ। ਵਾਰਡ ਨੰਬਰ 21 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼ਿਵਾਨੀ ਚੱਡਾ ਜੀ ਅਤੇ ਉਹਨਾਂ ਦੇ ਪਤੀ ਪੰਕਜ ਚੱਡਾ ਜੀ ਨੇ ਲੋਕਾਂ ਨੂੰ ਵੋਟਾਂ ਪਾਉਣ ਲਈ ਅਪੀਲ ਕੀਤਾ ਤੇ ਡੋਰ ਟੂ ਡੋਰ ਜਾ ਕੇ ਜਿਹੜੀ ਕੰਪੇਨਿੰਗ ਕੀਤੀ ਆ ਉਹਨਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਲਈ ਲੋਕਾਂ ਨੇ ਜਿਹੜਾ ਹੌਸਲਾ ਅਫਜਾਈ ਕੀਤੀ ਹੈ ਤੇ ਸਮਰਥਨ ਦੇਣ ਦਾ ਜਿਹੜਾ ਵਾਅਦਾ ਕੀਤਾ। ਜੇਕਰ ਸ਼ਿਵਾਨੀ ਚੱਡਾ ਜੀ ਜਿੱਤਦੇ ਨੇ ਤਾਂ ਉਹਨਾਂ ਦੇ ਕੀ ਕੋਈ ਸੁਪਨੇ ਰਹਿਣਗੇ, ਆਪਣੀ ਵਾਰਡ ਦਾ ਜਿਹੜਾ ਉਹਨੂੰ ਕੰਮ ਨੂੰ ਕਿਵੇਂ ਕਰਨਗੇ, ਉਹਨਾਂ ਦੇ ਕੀ ਸੁਪਨੇ ਨੇ, ਆਓ ਤੁਹਾਨੂੰ ਸੁਣਾਉਂਦੇ ਹਾਂ। ਸ਼ਿਵਾਨੀ ਚੱਡਾ ਜੀ ਅਤੇ ਉਹਨਾਂ ਦੇ ਪਤੀ ਪੰਕਜ ਚੱਡਾ ਜੀ ਦਾ ਕੀ ਕੁਝ ਕਹਿਣਾ ਹੈ। ਖਰੜ ਤੋਂ ਕੈਮਰਾਮੈਨ ਰਾਹੁਲ ਗੁਪਤਾ ਦੇ ਨਾਲ ਡੇਵਿਡ ਵਰਮਾ ਦੀ ਖਾਸ ਰਿਪੋਰਟ। ਕੌਂਸਲ ਦੀ ਚੋਣਾਂ ਜਿਹੜੀਆਂ ਹੈ 14 ਫਰਵਰੀ ਨੂੰ ਜਿਹੜੀਆਂ ਡਿਕਲੇਅਰ ਕੀਤੀਆਂ ਗਈਆਂ ਨੇ ਤੇ 14 ਫਰਵਰੀ ਨੂੰ ਜਿਹੜੀ ਆ ਵੋਟਿੰਗ ਹੋਣੀ ਹੈ। ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਜਿਹੜਾ ਹੈ ਦਿਨ ਪ੍ਰਤੀ ਦਿਨ ਜਿਹੜਾ ਇਹ ਸਮੀਕਰਨ ਬਦਲਦੇ ਜਾ ਰਹੇ ਨੇ ਤੇ ਵਾਰਡ ਨੰਬਰ 21 ਤੋਂ ਜੋ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਤੇ ਇਹ ਲਾਈਵ ਤਸਵੀਰਾਂ ਨੇ ਵਾਰਡ ਨੰਬਰ 21 ਦੀਆਂ ਸ਼੍ਰੀਮਤੀ ਸ਼ਿਵਾਨੀ ਚੱਡਾ ਜੋ ਕਿ ਕਾਂਗਰਸ ਪਾਰਟੀ ਤੋਂ ਜੋ ਸ਼ਿਵਾਨੀ ਚੱਡਾ ਜਿੰਦਾਬਾਦ ਜਿਹੜੀ ਆ ਕੰਪੇਨ ਕੀਤੀ ਹੈ, ਕੰਪੇਨ ਕਰਨ ਤੋਂ ਬਾਅਦ ਇਹਨਾਂ ਨੇ ਲੋਕਾਂ ਤੋਂ ਵੋਟ ਕੀਤੀ ਹੈ ਤੇ ਦੇਖ ਰਹੇ ਹੋ ਕਿ ਲਾਈਵ ਤਸਵੀਰਾਂ ਜਿਹੜੀਆਂ ਨੇ ਵਾਰਡ ਨੰਬਰ 21 ਦੀਆਂ ਨੇ ਜਿੱਥੇ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼ਿਵਾਨੀ ਚੱਡਾ ਜੋ ਕਿ ਚੋਣ ਲੜ ਰਹੇ ਨੇ ਤੇ ਸਾਡੇ ਨਾਲ ਨੇ ਕੁਛ ਉਰੇ ਦੇ ਵਾਰਡ ਦੇ ਵਸਨੀਕ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਕੀ ਕਹਿਣਾ ਚਾਹੁੰਦੇ ਨੇ। ਹਾਂਜੀ ਵੀਰ ਜੀ, ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਜੀ ਰਿੰਪੀ ਹੈ, ਨਰੇਸ਼ ਕੁਮਾਰ ਰਿੰਪੀ ਜੀ। ਹਾਂਜੀ ਜੀ ਸਰ, ਸਾਡੇ ਵਾਰਡ 'ਚੋਂ ਚੱਡਾ ਸਾਹਿਬ ਦੇ ਵਾਈਫ ਖੜੇ ਹਾਂ ਜੀ। ਇਹਨਾਂ ਦਾ ਕੰਮ ਦੇਖ ਕੇ ਅਸੀਂ ਸਾਰਿਆਂ ਨੇ ਇਹੀ ਮਨ ਬਣਾਇਆ ਵੀ ਇਸ ਵਾਰੀ ਅਸੀਂ ਜਿੱਤ ਇਹਨਾਂ ਨੂੰ ਦਿਵਾਉਣੀ ਹੈ, ਕਿਉਂਕਿ ਜਦ ਵੀ ਅਸੀਂ ਇਹਨਾਂ ਵਾਸਤੇ ਕੰਮ ਇਹ MC ਰਹਿਣ ਤੋਂ ਪਹਿਲਾਂ ਵੀ ਸਾਡੇ ਸਾਰੇ ਕੰਮ ਪਹਿਲ ਦੇ ਆਧਾਰ 'ਤੇ ਕਰਦੇ ਤੇ ਕੋਈ ਵੀ ਇਹਨਾਂ ਦੇ ਚਲੇ ਜਾਵੇ, ਇਹਨਾਂ ਨੇ ਕਦੀ ਕੋਈ ਨਹੀਂ ਸੋਚਿਆ ਵੀ ਹਜੇ ਮੈਂ MC ਹੈ ਨਹੀਂ ਹੈਗਾ ਮੇਰਾ ਕੁਛ ਹੈ। ਇਹਨਾਂ ਨੇ ਸਭ ਦਾ ਕੰਮ ਪਹਿਲ ਦੇ ਆਧਾਰ 'ਤੇ ਕੀਤਾ ਹੈ ਅਤੇ ਸਾਨੂੰ ਇਹਨਾਂ ਨੇ ਲੋਕਡਾਊਨ 'ਚ ਇੰਨੀ ਕੁ ਹੈਲਪ ਕੀਤੀ ਹੈ, ਘਰ ਘਰ ਜਾ ਕੇ ਲੋਕਾਂ ਦਾ ਜੋ ਵੀ ਉਹਨਾਂ ਦੀ ਉਹ ਤੀ ਉਹਨਾਂ ਨੂੰ ਪੂਰਾ ਕਰਿਆ ਹੈ। ਸਾਰੇ ਘਰ ਮੇ ਘਰ ਕੋਈ ਐਸਾ ਘਰ ਨਹੀਂ ਹੈ ਜਿਹਨੂੰ ਸੈਨੀਟਾਈਜ਼ਰ ਨਾ ਕਰਿਆ ਹੋਵੇ। ਇਹਨਾਂ ਦਾ ਟੀਮ ਵਰਕ ਇੰਨੀ ਵਧੀਆ ਰਹੀ ਹੈ, ਲੋਕ ਇਹਨਾਂ ਨੂੰ ਦੇਖ ਕੇ ਸਰ ਕਹਿੰਦੇ ਸੀ ਵੀ ਜਿਹੜਾ ਸਾਹਿਬ ਅਗਲਾ MC ਤੁਸੀਂ ਅਸੀਂ ਪਹਿਲਾਂ ਹੀ ਚੁਣ ਲਿਆ, ਵੋਟਾਂ ਤੋਂ ਪਹਿਲਾਂ ਹੀ ਉਹਨਾਂ ਨੇ ਚੁਣ ਲਿਆ ਜੀ। ਸਾਰੀ ਜਨਤਾ ਨੇ ਵਿਸ਼ਵਾਸ ਬਣਾ ਲਿਆ ਵੀ ਇਸ ਵਾਰ ਸ਼ਿਵਾਨੀ ਚੱਡਾ ਜੀ ਨੂੰ ਜਿਤਾ ਕੇ ਹੀ ਭੇਜੂਗੇ। ਸਾਰੇ ਚਾਹੁੰਦੇ ਆ ਵੀ ਇੱਕ ਇਹੋ ਜਿਹਾ ਵਾਰਡ ਬਣੇ ਜਿਸ ਵਿੱਚ ਮਿਸਾਲ ਕਾਇਮ ਹੋਵੇ, ਇੰਨੀ ਤਰੱਕੀ ਹੋਊਗੀ ਇਸ ਵਾਰਡ ਦੀ। ਅਸੀਂ ਇਹ ਸਾਡਾ ਭਰਾ ਹੈ ਜੀ, ਅਸੀਂ ਇਸਨੂੰ ਜੋ ਵੀ ਹੈ ਇੰਨਾ ਪਿਆਰ ਦਿੱਤਾ ਹੈ, ਇਹ ਸਾਡੇ ਪਿਆਰ ਦਾ ਪੂਰਾ ਸਤਿਕਾਰ ਕਰੂੰਗਾ। ਜੋ ਇਹਨੂੰ ਮੈਂ ਵਾਅਦੇ ਅਸੀਂ ਦੱਸੇ ਹਾਂ ਵੀ ਇਹ ਕਰਨਾ ਹੈ, ਇਹ ਪਹਿਲ ਦੇ ਆਧਾਰ 'ਤੇ ਕਰੂੰਗੇ। ਇਹ ਜਿਹੜੇ ਇਲੈਕਸ਼ਨ ਲੜਨ ਤੋਂ ਪਹਿਲਾਂ ਕੀ ਕੀ ਜਿਹੜੇ ਵਾਰਡ ਦੇ ਕੰਮ ਕਰਾ ਚੁੱਕੇ ਨੇ ਜੀ? ਇਹ ਕੰਮ ਐਸਾ ਮੈਂ ਕਿਹੜਾ ਕਿਹੜਾ ਕੰਮ ਗਿਣਾਵਾਂ ਜੀ ਤੁਹਾਨੂੰ, ਸਾਰਾ ਘਰ ਇਹ ਨਹੀਂ ਵੀ ਆਪਣਾ ਵਾਰਡ, ਪੂਰਾ ਸ਼ਹਿਰ ਜਿੱਥੇ ਇਹਨਾਂ ਦਾ ਉਹ ਲੱਗਿਆ ਸਾਰਾ ਸੈਨੀਟਾਈਜ਼ਰ ਕੀਤਾ ਜੀ। ਜੋ ਵੀ ਕਿਸੇ ਨੂੰ ਰਾਸ਼ਨ ਦੀ ਪ੍ਰੋਬਲਮ ਹੋਈ ਹੈ ਹਰ ਟਾਈਮ ਇਹਨਾਂ ਨੇ ਲੰਗਰ ਲਾ ਕੇ ਰੱਖਿਆ, ਕੋਈ ਐਸਾ ਘਰ ਨਹੀਂ ਹੈ ਜਿੱਥੇ ਇਹਨਾਂ ਨੇ ਆਪ ਜਾ ਕੇ ਲੰਗਰ ਨਾ ਪਹੁੰਚਾਇਆ। ਇਹਨਾਂ ਦਾ ਟੀਮ ਵਰਕ ਇੰਨਾ ਕੁ ਵਧੀਆ ਰਿਹਾ, ਲੋਕ ਇਹਨਾਂ ਨੂੰ ਸਾਰੇ ਕਹਿੰਦੇ ਵੀ ਸਾਡੇ ਵਾਰਡ 'ਚ ਵੀ ਇਹੋ ਜਿਹਾ MC ਆ ਜਾਵੇ। ਤੁਸੀਂ ਸੁਣਿਆ ਕਿ ਸ਼ਿਵਾਨੀ ਚੱਡਾ ਦੇ ਸਮਰਥਕ ਜਿਹੜੇ ਕਿੰਨੇ ਨੇ ਤੇ ਕੀ ਉਹਨਾਂ ਨੇ ਜਿਹੜੇ ਇਲੈਕਸ਼ਨ ਲੜਨ ਤੋਂ ਪਹਿਲਾਂ ਜਿਹੜੇ ਆ ਕੰਮ ਕਰਾ ਚੁੱਕੇ ਨੇ ਤੇ ਲੋਕਾਂ ਦਾ ਵਿਸ਼ਵਾਸ ਜਿਹੜਾ ਇਹਨਾਂ ਦੇ ਪ੍ਰਤੀ ਦਿਨ ਵੱਧਦਾ ਨਜ਼ਰ ਆ ਰਿਹਾ। ਤੇ ਸਾਡੇ ਨਾਲ ਨੇ ਉਹਦੇ ਵਾਰਡ ਦੇ ਕੁਛ ਹੋਰ ਨੇ ਵਸਨੀਕ ਨੇ, ਸਾਡੀਆਂ ਬੀਬੀਆਂ ਨੇ, ਭੈਣਾਂ ਨੇ ਜੋ ਸ਼ਿਵਾਨੀ ਚੱਡੇ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਕੰਪੇਨ ਦੇ ਵਿੱਚ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਅੱਜ ਜੋ ਉਹਨਾਂ ਨੇ ਕੰਪੇਨ ਕੀਤੀ ਹੈ ਤੇ ਘਰ ਘਰ ਜਾ ਕੇ ਵੋਟਾਂ ਮੰਗੀਆਂ ਨੇ, ਕੀ ਕਹਿਣਾ ਚਾਹੁੰਦੇ ਨੇ? ਹਾਂਜੀ ਹਾਂਜੀ, ਮੈਂ ਵਾਰਡ ਨੰਬਰ 21 ਤੋਂ, ਐਕਚੁਅਲੀ ਅਸੀਂ ਇਹਨਾਂ ਦੇ ਨੇਬਰ ਹੀ ਹੈ ਤੇ ਇਹਨਾਂ ਨੇ ਇੰਨਾ ਕੰਮ ਕਰਿਆ, ਅਸੀਂ ਖੁਦ ਹੈਰਾਨ ਹੁੰਦੇ ਸੀ ਜਦੋਂ ਲੋਕਡਾਊਨ ਹੋਇਆ, ਕੋਵਿਡ ਦਾ ਟਾਈਮ ਥਾ, ਘਰ ਘਰ ਜਾ ਕੇ ਇਹਨਾਂ ਨੇ ਮਤਲਬ ਹਰ ਤਰ੍ਹਾਂ ਦੀ ਹੈਲਪ, ਕੋਈ ਗਰੀਬ ਬੰਦਾ ਆ ਜਾਏ, ਕੋਈ ਵੀ ਆ ਜਾਏ, ਉਹਨਾਂ ਨੂੰ ਖਾਣਾ ਦਿਆ, ਈਵਨ ਪੈਸੇ ਦੀ ਹੈਲਪ ਵੀ ਕਰੀ ਕਿ ਕੋਈ ਵੀ ਇਹਨਾਂ ਦੇ ਘਰ ਤੋਂ ਖਾਲੀ ਵਾਪਸ ਨਹੀਂ ਗਿਆ। ਦੂਸਰਾ, ਖੁਦ ਇਹ ਸੈਨੀਟਾਈਜ਼ਰ ਲੈ ਕੇ ਔਰ ਗਲੀ ਗਲੀ ਵਿੱਚ ਹਰ ਜਗ੍ਹਾ ਵੀ ਸੈਨੀਟਾਈਜ਼ ਕਰਦੇ ਤੇ, ਤਾਂ ਮਤਲਬ ਇਹਨਾਂ ਕੋਈ ਵੀ ਤਹਿਸੀਲ ਦਾ ਕੰਮ ਹੋਏ, ਕਿਧਰੇ ਦਾ ਵੀ ਕੰਮ ਹੋਏ, ਰਾਤ ਬਰਾਤ ਕਿਸੇ ਟਾਈਮ ਵੀ ਇਹਨਾਂ ਨੂੰ ਕਾਲ ਕਰੋ, ਇਹ ਉਸੇ ਟਾਈਮ ਹਾਜ਼ਰ ਹੁੰਦੇ ਆ। ਕਈ ਵਾਰ ਲਾਈਟ ਨਹੀਂ ਆਉਂਦੀ, ਦੋ ਦੋ ਤਿੰਨ ਤਿੰਨ ਦਿਨ ਲਾਈਟ ਨਹੀਂ ਆਉਂਦੀ, ਔਰ ਉਸਦੇ ਵਿੱਚ ਅਸੀਂ ਜਾ ਕੇ ਸਿਰਫ ਇਹਨਾਂ ਨੂੰ ਇੱਕ ਬੈਲ ਮਾਰਦੇ ਹਾਂ ਘਰ 'ਚ ਕਿ ਲਾਈਟ ਨਹੀਂ ਆ ਰਹੀ, ਇਹ ਜਿਸ ਤਰ੍ਹਾਂ ਮਰਜ਼ੀ ਜੋ ਮਰਜ਼ੀ ਕਰਨ, ਚਾਹੇ ਬਿਜਲੀ ਦਫ਼ਤਰ ਜਾਣ, ਚਾਹੇ ਕਿਸੇ ਬੜੇ ਅਫਸਰ ਨੂੰ ਫੋਨ ਕਰਨ, ਉਸੇ ਟਾਈਮ ਸਾਡੀ ਬਿਜਲੀ ਆ ਜਾਂਦੀ ਹੈ। ਤਾਂ ਅਸੀਂ ਤਾਂ ਇਹੀ ਚਾਹਵਾਂਗੇ ਕਿ ਸਾਡੇ ਵਾਰਡ 'ਚੋਂ ਚਾਹਵਾਂਗੇ ਕਿ ਆ ਵੈਸੇ ਹੀ ਜਿੱਤੇ ਹੋਏ ਹੈ ਤੇ ਇਹਨਾਂ ਦੇ ਉੱਪਰ ਬਸ ਆਸ਼ੀਰਵਾਦ ਭਗਵਾਨ ਦਾ ਵੀ ਬਣਿਆ ਰਹੇ। ਤੁਸੀਂ ਸੁਣਿਆ ਕਿ ਵਾਰਡ ਦੇ ਵਸਨੀਕਾਂ ਦਾ ਜਿਹੜਾ ਹੈ ਵਿਸ਼ਵਾਸ ਕਿਸ ਤਰ੍ਹਾਂ ਸ਼ਿਵਾਨੀ ਚੱਡਾ ਦੇ ਉੱਪਰ ਜਿਹੜਾ ਬਣਿਆ ਹੋਇਆ ਹੈ, ਇਹਨਾਂ ਨੇ ਤਾਂ ਇਹਨਾਂ ਦੀ ਜਿਹੜੀ ਜਿੱਤ ਵੀ ਡਿਕਲੇਅਰ ਕਰ ਦਿੱਤੀ ਹੈ ਕਿ ਇਹ ਇਹਨਾਂ ਨੂੰ ਇੰਨਾ ਸਮਰਥਨ
मिल रहा है कि लोगों का कि यह इन्होंने जित इन्हों की डिकलेयर कर रखी है। तो साढ़े नाल होर भी उरे वार्ड दियां बीबिया ने भैन ने आप उन्होंने भी गलबात करांगे कि वह की कहना चाहते हैं। हाँ जी की कहना चाहते हो जी? बहुत अच्छे ने वीर जी, बहुत वधिया काम करते हैं। लॉकडाउन च भी बहुत वधिया काम करिया वीर जी ने। जितूंगे जरूर जितूंगे मैं कहनी हाँ, बस मैं नहीं कहना चाहती। अज जो भैन जी इन्होंने जो माता जी जो घर घर जाके वोटा मंगिया ने वार्ड नंबर 21 तो ही इन्हों की नाल दे ही है। और इन्होंने लॉकडाउन च असी तो बाहर निकले नहीं बिल्कुल भी, लेकिन जो भी मेरे बेटे की दुकान है और उन्होंने जाके इन्हें दुकान पर काम कराया, सैनिटाइज कराया। जो भी बुलाने असी जो ही वापस घर आ जाते हैं तो हर टाइम इनका घर का दरवाजा खुला होता है, जो मर्जी बुलाओ जो ही आ जाते हैं, हर काम च तैयार रहते हैं। ते लोकां दा जेड़ा इन्हां नूं समर्थन मिल रहा कि वोटां दे नाल जित इन्हां दी यकीनी बना रहे हो? पंजा ही जितूगा जी, पंजा ही जितूगा, हर पासे पंजा है, पंजा पंजा बच्चे बच्चे तक भी बच्चे की आवाज है भी पंजा जितूगा। ਤੁਸੀਂ ਸੁਣਿਆ ਕਿ ਸਵਾਨੀ ਚੱਡੇ ਨੂੰ ਜਿਹੜਾ ਹੈ ਇੰਨਾ ਸਮਰਥਨ ਜਿਹੜਾ ਲੋਕਾਂ ਦਾ ਮਿਲ ਰਿਹਾ ਤੇ ਪਿਆਰ ਮਿਲ ਰਿਹਾ। ਪਿਆਰ ਵੀ ਤਾਂ ਹੀ ਮਿਲ ਰਿਹਾ ਕਿ ਜੇ ਉਹਨਾਂ ਨੇ ਲੋਕਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਉਹਨਾਂ ਦੇ ਕੰਮ ਕਰਾਏ ਨੇ ਤਾਂ ਹੀ ਉਹਨਾਂ ਨੇ ਵਿਸ਼ਵਾਸ ਜਿੱਤਿਆ। ਤੇ ਸਾਡੇ ਨਾਲ ਨੇ ਸ਼ਿਵਾਨੀ ਚੱਡਾ ਜੀ ਜੋ ਇਸ ਵਾਰਡ ਨੰਬਰ 21 ਤੋਂ ਇਲੈਕਸ਼ਨ ਲੜ ਰਹੇ ਨੇ ਕਾਂਗਰਸ ਪਾਰਟੀ ਚੋਂ। ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਜੋ ਉਹਨਾਂ ਨੂੰ ਲੋਕਾਂ ਦਾ ਪਿਆਰ ਤੇ ਸਤਿਕਾਰ ਮਿਲ ਰਿਹਾ ਉਹ ਇਸ ਬਾਰੇ ਕੀ ਕਹਿਣਾ ਚਾਹੁੰਦੇ ਨੇ? ਹਾਂਜੀ, ਮੈਂ ਸ਼ਿਵਾਨੀ ਚੱਡਾ ਵਾਰਡ ਨੰਬਰ 21 ਤੋਂ। ਹਾਂਜੀ ਬੋਲੋ, ਅਸੀਂ ਹੁਣ ਤੱਕ ਸਾਰਿਆਂ ਦੇ ਸਹਿਯੋਗ ਨਾਲ ਇੱਥੇ ਤੱਕ ਹੁਣ ਪਹੁੰਚੇ ਹਾਂ ਜੀ। ਹੁਣ ਤੱਕ ਇੰਨਾ ਸਾਰਾ ਕੰਮ ਕੀਤਾ, ਅੱਗੋਂ ਵੀ ਕਰਾਂਗੇ ਜੀ। ਇਹ ਸਾਰਿਆਂ ਦਾ ਪਿਆਰ ਹੈ ਜੀ, ਜਿਹੜੇ ਮੇਰੇ ਸਾਰਿਆਂ ਨਾਲ ਇੰਨੇ ਮੇਰੇ ਭੈਣ ਭਰਾ ਸਭ ਖੜੇ ਹੈ ਜੀ। ਇਹ ਸਾਰਿਆਂ ਦੇ ਵਿਸ਼ਵਾਸ ਨਾਲ ਹੀ ਅਸੀਂ ਅੱਗੇ ਇੱਥੇ ਤੱਕ ਪਹੁੰਚੇ ਹਾਂ ਜੀ। ਤੇ ਜਿਹੜਾ ਲੋਕਾਂ ਦਾ ਪਿਆਰ ਤੇ ਸਤਿਕਾਰ ਤੁਹਾਨੂੰ ਮਿਲ ਰਿਹਾ, ਲੋਕਾਂ ਨੇ ਤੁਹਾਡੀ ਜਿੱਤ ਵੀ ਜਿਹੜੀ ਹੈ ਡਿਕਲੇਅਰ ਕਰ ਦਿੱਤੀ ਹੈ, ਉਸ ਨੂੰ ਦੇਖਦੇ ਹੋਏ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਦਾ, ਕਿਸ ਤਰ੍ਹਾਂ ਧੰਨਵਾਦ ਕਰ ਰਹੇ ਹੋ ਲੋਕਾਂ ਦਾ ਜੀ? ਮੈਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜੀ ਕਿ ਇਹਨਾਂ ਨੇ ਇਹ ਸਭ ਮੇਰੇ ਨਾਲ ਖੜੇ ਹੈ ਜੀ ਅੱਜ ਇਹ, ਕਿਉਂਕਿ ਅਸੀਂ ਇਹਨਾਂ ਨਾਲ ਪਿਆਰ ਨਾਲ ਮਿਲਦੇ ਹਾਂ ਜੁਲਦੇ ਹਾਂ। ਇਹ ਜਦ ਮਰਜ਼ੀ ਆ ਜਾਣ ਸਾਡੇ ਦਿਨ ਰਾਤ ਸਾਡਾ ਦਰਵਾਜ਼ਾ ਖੁੱਲ੍ਹਾ ਜੀ ਇਹਨਾਂ ਵਾਸਤੇ। ਤੁਸੀਂ ਸੁਣਿਆ ਕਿ ਸਵਾਨੀ ਚੱਡਾ ਵੱਲੋਂ ਜਿਹੜਾ ਕਿਹਾ ਗਿਆ ਹੈ ਕਿ ਦਿਨ ਰਾਤ ਲੋਕਾਂ ਦੀ ਸੇਵਾ ਲਈ ਸਾਡੇ ਘਰ ਦੇ ਦਰਵਾਜ਼ੇ ਖੁੱਲ੍ਹੇ ਨੇ, ਇਹਨਾਂ ਦਾ ਵੀ ਸਹੀ ਗੱਲ ਹੈ, ਤਾਂ ਹੀ ਲੋਕਾਂ ਦਾ ਪਿਆਰ ਅਤੇ ਵਿਸ਼ਵਾਸ ਜਿਹੜਾ ਇਹਨਾਂ ਦੇ ਨਾਲ ਬਣਦਾ ਜਾ ਰਿਹਾ ਹੈ। ਸਾਡੇ ਨਾਲ ਨੇ ਇਹਨਾਂ ਦੇ ਪਤੀ ਜੋ ਕਿ ਪੰਕਜ ਚੱਡਾ ਜੀ ਨੇ, ਉਹ ਵੀ ਇਹਨਾਂ ਦੇ ਨਾਲ ਜਿਹੜੇ ਹੈ ਘਰ ਘਰ ਜਾ ਕੇ ਕੰਪੇਨ ਕਰ ਰਹੇ ਨੇ। ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਜੋ ਅੱਜ ਉਹਨਾਂ ਨੇ ਕੰਪੇਨ ਕੀਤੀ ਹੈ ਉਹਨਾਂ ਨੂੰ ਲੋਕਾਂ ਦਾ ਪਿਆਰ ਅਤੇ ਸਤਿਕਾਰ ਮਿਲ ਰਿਹਾ ਹੈ, ਉਹ ਕੀ ਕਹਿਣਾ ਚਾਹੁੰਦੇ ਨੇ? ਜਿਹੜਾ ਵਾਰਡ ਨੰਬਰ 21 ਹੈ, ਇਹ ਸਾਰਾ ਵਾਰਡ ਨੰਬਰ 21 ਮੇਰਾ ਪਰਿਵਾਰ ਹੈ, ਮੈਂ ਇਸ ਨੂੰ ਆਪਣਾ ਪਰਿਵਾਰ ਮੰਨਦਾ। ਅਤੇ ਜਦ ਵੀ ਮੈਨੂੰ ਸਹਿਯੋਗ ਦੀ ਲੋੜ ਪਈ ਹੈ ਤਾਂ ਸਾਰੇ ਵਾਰਡ ਨੰਬਰ 21 ਨੇ ਮੈਨੂੰ ਸਹਿਯੋਗ ਕੀਤਾ, ਅਤੇ ਮੈਂ ਇਹਨਾਂ ਦਾ ਰਿਣੀ ਹਾਂ ਕਿ ਇਹਨਾਂ ਨੇ ਮੈਨੂੰ ਇੰਨਾ ਸਹਿਯੋਗ ਦੇ ਰਹੇ। ਮੈਂ ਜਿਹੜਾ ਵਾਰਡ ਨੰਬਰ 21 ਹੈ, ਮੈਂ ਇਸ ਨੂੰ ਇੱਕ ਡਿਜੀਟਲ ਵਾਰਡ ਬਣਾਵਾਂਗਾ। ਅਤੇ ਮੈਂ ਪਹਿਲਾਂ ਵੀ ਕਹਿ ਚੁੱਕੇ ਹਾਂ, ਅਸੀਂ ਕਹਿ ਚੁੱਕੇ ਹਾਂ ਕਿ ਜਿੱਦਾਂ ਜਿਹੜੀ ਅੱਜ 14 ਤਰੀਕ ਨੂੰ ਵੋਟਾਂ ਪੈ ਜਾਣੀਆਂ ਨੇ, 17 ਤਰੀਕ ਨੂੰ ਰਿਜ਼ਲਟ ਆ ਜਾਣਾ, ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ 18 ਤਰੀਕ ਨੂੰ ਇੱਕ ਸੁਵਿਧਾ ਕੇਂਦਰ ਜਿਸ ਦੇ ਵਿੱਚ ਬਿਜਲੀ ਪਾਣੀ ਸੀਵਰੇਜ ਦੇ ਬਿੱਲ ਜਮ੍ਹਾਂ ਹੋਣਗੇ, ਕੋਈ ਔਨਲਾਈਨ ਕੰਮ ਹੋਰ ਹੋਏਗਾ, ਔਰ ਜਿੰਨੇ ਵੀ ਕੋਈ ਸਰਟੀਫਿਕੇਟ ਵਗੈਰਾ ਬਣਨਾ ਉਹ ਸਾਰੀ ਉਹਦੇ ਲਈ ਅਪਲਾਈ ਵਾਸਤੇ ਸੁਵਿਧਾ ਮੇਰੇ ਸੁਵਿਧਾ ਕੇਂਦਰ 'ਚ ਹੋਏਗੀ। ਸਿੰਗਲ ਵਿੰਡੋ ਪ੍ਰੋਜੈਕਟ ਜਿਹੜਾ ਮੈਂ ਆਪਣੇ ਵਾਰਡ ਨੰਬਰ 21 ਦੇ ਵਿੱਚ ਲੈ ਕੇ ਆ ਰਿਹਾ, ਔਰ 101% ਲੈ ਕੇ ਆਵਾਂਗਾ, ਔਰ ਕੋਸ਼ਿਸ਼ ਕਰਾਂਗਾ ਕਿ ਜਿਹੜੇ ਪੂਰਾ ਵਾਰਡ ਨੰਬਰ 21 ਹੈ ਇਹਨੂੰ ਮੈਂ CC ਕੈਮਰੇ ਨਾਲ ਲੈਸ ਕਰਦਾ। ਅਤੇ ਹੋਰ ਕਈ ਪ੍ਰੋਜੈਕਟ ਨੇ ਜਿਹੜੀ ਕਈ ਸਹੂਲਤਾਂ ਨੇ ਜਿਹੜੀਆਂ ਪਤਾ ਹੀ ਨਹੀਂ ਲੱਗਦੀਆਂ, ਕਈ ਜਿਹੜੀਆਂ ਸਹੂਲਤਾਂ ਜਿਹਦੀਆਂ ਡੇਟਾਂ ਹੀ ਲੰਘ ਜਾਂਦੀਆਂ ਨੇ। ਮੈਂ ਪਹਿਲਾਂ ਦੇਖਿਆ ਕਿ ਡੇਟਾਂ ਹੀ ਲੰਘ ਗਈਆਂ, ਲੋਕਾਂ ਤੱਕ ਸਹਿਯੋਗ ਨਹੀਂ ਪਹੁੰਚਾ ਸਕੇ। ਮੈਂ ਤਾਂ ਇਹੀ ਕਹਾਂਗੇ ਜਿਹੜਾ ਵੀ ਕੋਈ ਵੀ ਭਲਾਈ ਦੇ ਕੰਮ ਨਗਰ ਕੌਂਸਲ ਵੱਲੋਂ, ਸਰਕਾਰ ਵੱਲੋਂ, ਕਾਂਗਰਸ ਪਾਰਟੀ ਸਾਡੀ ਸਰਕਾਰ ਹੈ ਉਸ ਵੱਲੋਂ, ਕੋਈ ਵੀ ਗੌਰਮੈਂਟ ਵੱਲੋਂ ਕੋਈ ਵੀ ਜਿਹੜਾ ਕੋਈ ਵੀ ਕੰਮ ਪ੍ਰੋਜੈਕਟ ਆਏਗਾ ਉਸਨੂੰ ਵਾਰਡ ਨੰਬਰ 21 ਵਿੱਚ ਇੰਪਲੀਮੈਂਟ ਕੀਤਾ ਜਾਏਗਾ ਔਰ ਪਹਿਲ ਦੇ ਆਧਾਰ 'ਤੇ। ਅਤੇ ਪੰਕਜ ਚੱਡਾ ਜੀ ਜੇ ਆਪਾਂ ਗੱਲ ਕਰੀਏ ਕਿ ਲੋਕਾਂ ਦਾ ਪਿਆਰ ਅਤੇ ਸਤਿਕਾਰ ਜਿਹੜਾ ਤੁਹਾਡੀ ਮਿਸਿਜ ਨੂੰ ਮਿਲ ਰਿਹਾ, ਅਤੇ ਲੋਕਾਂ ਨੇ ਜਿਹੜੀ ਹੈ ਤੁਹਾਡੀ ਮਿਸਿਜ ਦੀ ਜਿਹੜੀ ਹੈ ਜਿੱਤ ਵੀ ਵਾਰਡ ਨੰਬਰ 21 ਤੋਂ ਡਿਕਲੇਅਰ ਕਰ ਦਿੱਤੀ ਹੈ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ? ਦੇਖੋ ਜੀ, ਇਹ ਲੋਕਾਂ ਦਾ ਪਿਆਰ ਹੈ, ਬੜਾ ਮੈਂ ਰਿਣੀ ਹਾਂ ਇਹਨਾਂ ਦੇ ਵਾਰਡ ਨੰਬਰ 21 ਦੇ ਸਮੂਹ ਵੋਟਰਾਂ ਦਾ, ਸਾਰੇ ਸ਼ਹਿਰ ਨਿਵਾਸੀਆਂ ਦਾ, ਮੈਂ ਖਾਲੀ ਵਾਰਡ ਨੰਬਰ 21 ਦੇ ਨਹੀਂ, ਸਾਰੇ ਸਮੂਹ ਨਿਵਾਸੀਆਂ ਦਾ, ਸ਼ਹਿਰ ਨਿਵਾਸੀਆਂ ਦਾ, ਜਿਨ੍ਹਾਂ ਦੇ ਜਿਹੜੇ ਮੈਨੂੰ ਬਾਹਰੋਂ ਵੀ ਆ ਕੇ ਸਪੋਰਟ ਕਰ ਰਹੇ ਨੇ, ਉਹ ਕਹਿ ਰਹੇ ਨੇ ਕਿ ਅਸੀਂ ਵਧੀਆ
एक नुमाइंदा चुनना चाहते हाँ। मैं कोशिश करांगा कि मैं उन्होंने जिहड़े जिहड़े उन्होंने मेरे तो इच्छावां ने मैं उन्होंने सन्मान करता होया उन्होंने निराश ना करा। ਜਿਹੜੀਆਂ ਵੋਟਾਂ 14 ਤਰੀਕ ਨੂੰ ਪੈਣੀਆਂ ਉਹਨੂੰ ਦੇਖਦੇ ਹੋਏ ਜਿਹੜਾ ਆਪਣੇ ਵਾਰਡ ਦੇ ਵਸਨੀਕਾਂ ਨੂੰ ਤੁਸੀਂ ਕੀ ਅਪੀਲ ਕਰਨੀ ਚਾਹੋਗੇ? ਮੈਂ ਤਾਂ ਅਪੀਲ ਇਹੀ ਕਰਨਾ ਚਾਹਾਂਗਾ ਕਿ 14 ਤਰੀਕ ਨੂੰ ਸਵੇਰੇ ਸਾਜਰੇ ਆਪਣੀ ਵੋਟ ਜਿਹੜਾ ਵੋਟ ਹੈ ਤੁਹਾਡਾ ਮਤਦਾਨ ਦਾ ਅਧਿਕਾਰ ਹੈ ਉਸ ਨੂੰ ਤੁਸੀਂ ਪੋਲ ਕਰਨਾ ਹੈ। ਸਾਡਾ ਜਿਹੜਾ ਪੋਲਿੰਗ ਸਟੇਸ਼ਨ ਹੈ ਜਿਹੜਾ ਆ ਰਿਹਾ ਕੰਨਿਆ ਵਿਦਿਆਲਿਆ ਹੈਗਾ ਉੱਥੇ ਤੁਸੀਂ ਪੋਲਿੰਗ ਕਰਨੀ ਹੈ ਅਤੇ ਹੱਥ ਪੰਜੇ ਦੇ ਚੋਣ ਨਿਸ਼ਾਨ ਸਾਡਾ ਹੱਥ ਪੰਜਾ ਚੋਣ ਨਿਸ਼ਾਨ ਹੈ ਕਾਂਗਰਸ ਪਾਰਟੀ ਦਾ ਅਤੇ ਉਸ 'ਤੇ ਤੁਸੀਂ ਜਿਹੜਾ ਕਾਂਗਰਸ ਪਾਰਟੀ ਦਾ ਨਿਸ਼ਾਨ ਹੈ ਔਰ ਸ਼ਿਵਾਨੀ ਚੱਡਾ ਜੀ ਦਾ ਨਿਸ਼ਾਨ ਹੈ ਉਸ 'ਤੇ ਤੁਸੀਂ ਬਟਨ ਦਬਾ ਕੇ ਅਤੇ ਕਾਮਯਾਬ ਬਣਾਉਣਾ ਸ਼ਿਵਾਨੀ ਚੱਡਾ ਜੀ ਨੂੰ। ਇਹ ਸ਼ਿਵਾਨੀ ਚੱਡਾ ਦੀ ਜਿੱਤ ਨਹੀਂ ਸਾਰੇ ਵਾਰਡ ਦੀ ਔਰ ਸਾਰੇ ਸ਼ਹਿਰ ਦੀ ਜਿੱਤ ਹੋਵੇਗੀ। ਤੁਸੀਂ ਸੁਣਿਆ ਕਿ ਪੰਕਜ ਚੱਡਾ ਵੱਲੋਂ ਜਿਹੜਾ ਹੈ ਸਾਰੇ ਲੋਕਾਂ ਦਾ ਜਿਹੜਾ ਧੰਨਵਾਦ ਵੀ ਕੀਤਾ ਗਿਆ ਕਿਉਂਕਿ ਉਹਨਾਂ ਦੀ ਮਿਸਿਜ ਸ਼ਿਵਾਨੀ ਚੱਡਾ ਨੂੰ ਜੋ ਪਿਆਰ ਅਤੇ ਸਤਿਕਾਰ ਮਿਲ ਰਿਹਾ ਅਤੇ ਇਹਨਾਂ ਨੇ ਕਿਹਾ ਕਿ ਜਿੱਤਣ ਤੋਂ ਬਾਅਦ ਜਿਹੜਾ ਹੈ ਵਾਰਡ ਦੇ ਵਿੱਚ ਇੱਕ ਸੁਵਿਧਾ ਕੇਂਦਰ ਅਤੇ ਡਿਜੀਟਲ ਤੌਰ 'ਤੇ ਜਿਹੜਾ ਇਸ ਵਾਰਡ ਦੇ ਉੱਪਰ ਜਿਹੜੇ ਹੈ ਕੈਮਰੇ CCTV ਕੈਮਰੇ ਲਗਾਏ ਜਾਣਗੇ ਤਾਂ ਜੋ ਚੋਰੀਆਂ ਚਕਾਰੀਆਂ ਤੋਂ ਵੀ ਬਚਿਆ ਜਾ ਸਕੇ। ਪਰ ਇਹਨਾਂ ਨੂੰ ਪਿਆਰ ਅਤੇ ਸਤਿਕਾਰ ਇੰਨਾ ਮਿਲ ਰਿਹਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ 14 ਤਰੀਕ ਨੂੰ ਲੋਕ ਇਹਨਾਂ ਨੂੰ ਕਿੰਨੀ ਕੁ ਵੋਟਾਂ ਪਾ ਕੇ ਜਿਹੜਾ ਹੈ ਜਿਤਾ ਕੇ ਨਗਰ ਕੌਂਸਲ ਦੇ ਦਫ਼ਤਰ ਦੇ ਵਿੱਚ ਪਹੁੰਚਾਉਂਦੇ ਨੇ। ਖਰੜ ਤੋਂ ਕੈਮਰਾਮੈਨ ਰਾਹੁਲ ਗੁਪਤਾ ਦੇ ਨਾਲ ਲੈਫਟ ਰਾਈਟ ਨਿਊਜ਼ ਦੇ ਲਈ ਡੈਵਿਡ ਵਰਮਾ ਦੀ ਰਿਪੋਰਟ।